ਇਸ ਵਕਤ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਦੱਸਦੀ ਹੈ ਕਿ ਚੱਲਦਾ ਟਰੱਕ ਅੱਗ ਦਾ ਗੋਲਾ ਬਣਿਆ ਤੇ ਅਚਾਨਕ ਇਸ ਟਰੱਕ ਦੇ ਵਿੱਚ ਅੱਗ ਲੱਗੀ ਹੈ। ਗਨੀਮਤ ਰਹੀ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਚਾਲਕ ਨੇ ਛਾਲ ਮਾਰ ਕੇ ਇਸ ਟਰੱਕ ਦੇ ਵਿੱਚੋਂ ਆਪਣੀ ਜਾਨ ਬਚਾਈ ਹੈ। ਤਾਂ ਦੱਸਦੀ ਹੈ ਕਿ ਮੋਹਾਲੀ ਦੇ ਕੋਲ ਇਹ ਹਾਦਸਾ ਵਾਪਰਿਆ ਹੈ। ਮੋਹਾਲੀ ਦੇ ਵਿੱਚ ਇੱਕ ਸੀਪੀ ਮੌਲ ਹੈ, ਤਾਂ ਸੀਪੀ ਮੌਲ ਦੇ ਨਜ਼ਦੀਕ ਇਸ ਟਰੱਕ ਨੂੰ ਅਚਾਨਕ ਹੀ ਅੱਗ ਲੱਗ ਗਈ। ਸੀਮੈਂਟ ਦੀਆਂ ਸਲੈਬਾਂ ਦੇ ਨਾਲ ਇਹ ਟਰੱਕ ਲੋਡ ਦੱਸਿਆ ਜਾ ਰਿਹਾ ਤੇ ਅਚਾਨਕ ਹੀ ਇਸ ਟਰੱਕ ਦੇ ਵਿੱਚ ਅੱਗ ਲੱਗੀ ਹੈ। ਤਾਂ ਸਵੇਰੇ ਤੜਕੇ ਤੜਕੇ ਇਹ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਏਅਰਪੋਰਟ ਰੋਡ ਦੇ ਉੱਤੇ ਇਸ ਟਰੱਕ ਨੂੰ ਅੱਗ ਲੱਗੀ ਹੈ। ਹਾਲਾਂਕਿ ਜਦੋਂ ਅੱਗ ਲੱਗੀ ਤਾਂ ਮੌਕੇ ਦੇ ਉੱਤੇ ਲੋਕਾਂ ਦੇ ਵਿੱਚ ਅਫੜਾ ਤਫੜੀ ਮੱਚ ਗਈ ਅਤੇ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਹਰ ਕੋਸ਼ਿਸ਼ ਕੀਤੀ ਗਈ, ਪਰ ਆਮ ਲੋਕਾਂ ਦੇ ਕੋਲੋਂ ਇਸ ਅੱਗ ਦੇ ਉੱਤੇ ਕਾਬੂ ਹਾਲੇ ਤੱਕ ਨਹੀਂ ਪਾਇਆ ਜਾ ਸਕਿਆ। ਤਾਂ ਦੱਸ ਦਈਏ ਕਿ ਟਰੱਕ ਨੂੰ ਅੱਗ ਲੱਗੀ ਹੈ। ਮੋਹਾਲੀ ਦੇ ਸੀਪੀ ਮੌਲ ਦੇ ਕੋਲ ਇਸ ਟਰੱਕ ਦੇ ਵਿੱਚ ਅਚਾਨਕ ਅੱਗ ਲੱਗੀ ਤੇ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੇਖਿਆ ਜਾ ਸਕਦਾ ਹੈ ਕਿ ਏਅਰਪੋਰਟ ਰੋਡ ਦੇ ਉੱਤੇ ਜੋ ਟ੍ਰੈਫਿਕ ਹੈ ਉਹ ਬਿਲਕੁਲ ਲਗਾਤਾਰ ਚੱਲਦੀ ਰਹਿੰਦੀ ਹੈ, ਪਰ ਇਸੇ ਦੇ ਵਿਚਕਾਰ ਇੱਕ ਟਰੱਕ ਨੂੰ ਅਚਾਨਕ ਹੀ ਅੱਗ ਲੱਗ ਗਈ। ਤਾਂ ਦੱਸ ਦਈਏ ਕਿ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਵੀ ਬਚਾ ਰਿਹਾ, ਕਿਉਂਕਿ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਕਿ ਇਸ ਟਰੱਕ ਦੇ ਵਿੱਚ ਅਚਾਨਕ ਹੀ ਅੱਗ ਲੱਗੀ ਹੈ ਤੇ ਅੱਗ ਲੱਗਣ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਮੋਹਾਲੀ ਦੇ ਸੀਪੀ ਮੌਲ ਦੇ ਬਿਲਕੁਲ ਨੇੜੇ ਦੱਸਿਆ ਜਾ ਰਿਹਾ ਇਹ ਟਰੱਕ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਸਵੇਰੇ ਦਾ ਸਮਾਂ, ਟ੍ਰੈਫਿਕ ਥੋੜ੍ਹੀ ਘੱਟ ਜ਼ਰੂਰ ਹੈ, ਪਰ ਕਿਤੇ ਨਾ ਕਿਤੇ ਜਦੋਂ 8 ਵਜੇ ਤੋਂ ਬਾਅਦ ਦਾ ਟਾਈਮ ਹੁੰਦਾ, ਲੋਕ ਦਫ਼ਤਰਾਂ ਦੇ ਲਈ ਜਾਣ ਨੂੰ ਨਿਕਲਦੇ ਨੇ, ਤਾਂ ਉਸ ਸਮੇਂ ਇਸ ਰੋਡ ਦੇ ਉੱਤੇ ਟ੍ਰੈਫਿਕ ਕਾਫੀ ਜ਼ਿਆਦਾ ਹੁੰਦੀ ਹੈ। ਹਾਲਾਂਕਿ ਜਦੋਂ ਲਾਈਟਾਂ ਹੁੰਦੀਆਂ ਨੇ ਤਾਂ ਉਸ ਸਮੇਂ ਹੋਰ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ, ਪਰ ਕਿਹਾ ਜਾ ਰਿਹਾ ਕਿ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਉਹ ਵੀ ਥੋੜ੍ਹੀ ਦੇਰ ਦੇ ਵਿੱਚ ਪਹੁੰਚੇਗੀ ਅਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਜਾਵੇਗਾ। ਤਾਂ ਦੱਸ ਦਈਏ ਕਿ ਮੋਹਾਲੀ ਦੇ ਸੀਪੀ ਮੌਲ ਦੇ ਕੋਲ ਟਰੱਕ ਨੂੰ ਅੱਗ ਲੱਗੀ ਹੈ।